ਪੰਜਾਬ 'ਚ ਨਾਮਜ਼ਦਗੀਆਂ ਭਰਨ ਦਾ ਦੌਰ ਵੀ ਜਾਰੀ ਹੈ। ਕੱਲ੍ਹ ਨੂੰ ਨਾਮਜ਼ਦਗੀਆਂ ਭਰਨ ਦੀ ਆਖਰੀ ਤਰੀਕ ਹੈ ਅਤੇ ਅੱਜ ਕਈ ਵੱਡੇ ਚਿਹਰੇ ਆਪਣੇ ਕਾਗਜ਼ ਦਾਖਲ ਕਰਨਗੇ। ਇਹਨਾਂ ਵਿੱਚ ਸਭ ਤੋਂ ਅਹਿਮ ਨਾਮ ਜਿਹੜਾ ਹੈ ਉਹ ਹੈ ਪਟਿਆਲਾ ਸ਼ਹਿਰੀ ਸੀਟ ਤੋਂ ਕੈਪਟਨ ਅਮਰਿੰਦਰ ਸਿੰਘ ਦਾ। ਇਸ ਤੋਂ ਇਲਾਵਾ ਰਜਿੰਦਰ ਕੌਰ ਪੱਠਲ ਲਹਿਰਾ ਗਾਗਾ ਤੋਂ ਭਰਨਗੇ, ਸੁਨੀਲ ਜਾਖੜ ਅਬੋਹਰ ਤੋਂ, ਪ੍ਰਗਟ ਸਿੰਘ ਜਲੰਧਰ ਛਾਉਣੀ ਤੋਂ, ਕੁਲਜੀਤ ਨਾਗਰਾ ਫਤਿਹਗੜ੍ਹ ਸਾਹਿਬ ਤੋਂ, ਬਲਬੀਰ ਸਿੰਘ ਸਿੱਧੂ ਮੋਹਾਲੀ ਤੋਂ, ਸਿਕੰਦਰ ਸਿੰਘ ਮਲੂਕਾ ਰਾਮਪੁਰਾ ਫੂਲ ਤੋਂ, ਐਨ ਕੇ ਸ਼ਰਮਾ ਡੇਰਾ ਬੱਸੀ ਤੋਂ, ਗੁਰਬਚਨ ਸਿੰਘ ਬੱਬੇਹਾਲੀ ਗੁਰਦਾਸਪੁਰ ਤੋਂ ਆਪਣਾ ਪਰਚਾ ਅੱਜ ਦਾਖਲ ਕਰਨਗੇ, ਸੁੱਚਾ ਸਿੰਘ ਲੰਘਾ ਡੇਰਾ ਬਾਬਾ ਨਾਨਕ ਤੋਂ, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ, ਉਹ ਆਪਣਾ ਪਰਚਾ ਅੱਜ ਦਾਖਲ ਕਰਨਗੇ, ਅਸ਼ਵਨੀ ਕੁਮਾਰ ਸ਼ਰਮਾ ਬੀਜੇਪੀ ਦੇ ਪਠਾਨਕੋਟ ਤੋਂ, ਕੇ ਡੀ ਭੰਡਾਰੀ ਜਲੰਧਰ ਉੱਤਰੀ ਤੋਂ, ਮਨੋਰੰਜਨ ਕਾਲੀਆ ਜਲੰਧਰ ਕੇਂਦਰੀ ਤੋਂ, ਬਲਵਿੰਦਰ ਸਿੰਘ ਬੈਂਸ ਲੋਕ ਇਨਸਾਫ ਪਾਰਟੀ ਅਤੇ ਸਿਮਰਜੀਤ ਸਿੰਘ ਬੈਂਸ ਆਤਮ ਨਗਰ ਲੁਧਿਆਣਾ, ਇਹ ਅੱਜ ਆਪਣੇ ਪਰਚੇ ਦਾਖਲ ਕਰਨ ਜਾ ਰਹੇ ਨੇ।